ਏਸ਼ੀਆ ਪੰਜਾਬੀ ਟੀਮ ਮੈਂ ਗੁਰਦੇਵ ਸਿੰਘ ਪੱਟੀ ਅੱਜ ਅਸੀਂ ਹਲਕਾ ਇੰਚਾਰਜ BSP ਦੇ ਪ੍ਰਨਿਤਾ ਨਾਲ ਗੱਲਬਾਤ ਕਰਾਂਗੇ ਜੀ ਕੀ ਕਹਿਣਾ ਤੁਸੀਂ ਅੱਜ ਜੋ ਕਿ ਬਹੁਜਨ ਸਮਾਜ ਪਾਰਟੀ ਹਲਕਾ ਪ੍ਰਧਾਨ ਜਸਵਿੰਦਰ ਬਿੱਟਾ ਜਿਹੜਾ ਕਿ ਭੈਣ ਕੁਮਾਰੀ ਮਾਇਆਵਤੀ ਸਰਦਾਰ ਸਾਡੇ ਪੰਜਾਬ ਦੇ ਵਿੱਚ ਜਸਵੀਰ ਸਿੰਘ ਗੜੀ ਜੀ ਔਰ ਰਣਦੀਪ ਸਿੰਘ ਬੈਨੀਪਾਲ ਚੰਡੀਗੜ੍ਹ ਹਰਿਆਣਾ ਪੰਜਾਬ ਜਿਹੜੇ ਇੰਚਾਰਜ ਸਾਡੇ ਅਤੇ ਜੋ ਸਾਡੇ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਜੀ ਜਿਨ੍ਹਾਂ ਨੇ ਸਾਨੂੰ ਕਪੂਰਥਲੇ ਦੀ ਸੀਟ ਦੇ ਕੇ ਵੱਡਾ ਮਾਣ ਬਖਸ਼ਿਆ ਇਹਨਾਂ ਦੇ ਫੈਸਲੇ ਦਾ ਜਿਹੜੀ ਬਹੁਜਨ ਸਮਾਜ ਪਾਰਟੀ ਕਪੂਰਥਲੇ ਦੀ ਸਮੁੱਚੀ ਟੀਮ ਹੈ ਇਹਦਾ ਸਵਾਗਤ ਕਰਦੀ ਹੈ ਔਰ ਆਉਣ ਵਾਲੇ 2022 ਦੀਆਂ ਚੋਣਾਂ ਦੇ ਵਿੱਚ ਇੱਕ ਵੱਡੇ ਪੱਧਰ 'ਤੇ ਇਹ ਜਿਹੜੀ ਸੀਟ ਜਿੱਤ ਕੇ ਇਹ ਭੈਣ ਕੁਮਾਰੀ ਮਾਇਆਵਤੀ ਜੀ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਝੋਲੀ 'ਚ ਪਾਵਾਂਗੇ ਇਹ ਅਤੇ ਵੱਡੇ ਪੱਧਰ 'ਤੇ ਜਿੱਤ ਕੇ ਤਾਂ ਅਸੀਂ ਇਹਨੂੰ ਸੀਟ ਨੂੰ ਲਿਜਾਵਾਂਗੇ ਅੱਗੇ ਸਾਡੇ ਜੋ ਕਿ ਜ਼ਿਲ੍ਹਾ ਪ੍ਰਧਾਨ ਰਕੇਸ਼ ਕੁਮਾਰ ਦਤਾਰਪੁਰੀ ਜਿਨ੍ਹਾਂ ਦੀ ਰਹਿਣਮਾਈ ਥੱਲੇ ਹਲਕਾ ਕਪੂਰਥਲੇ 'ਚ ਕੰਮ ਹੋ ਰਿਹਾ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰ ਜਿਨ੍ਹਾਂ ਸਾਨੂੰ ਗਾਈਡ ਕੀਤਾ ਔਰ ਜਿਨ੍ਹਾਂ ਨੇ ਸਾਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਅਤੇ ਜਿਹੜਾ ਹੁਣ ਕਪੂਰਥਲੇ ਦੇ ਵਿੱਚ ਸਾਡੇ ਨਾਲ ਜਿੱਥੇ ਵੀ ਮੀਟਿੰਗਾਂ ਅਤੇ ਯਾਦ ਕਿੰਨਾ ਪਹੁੰਚਦੇ ਨੇ ਅਤੇ ਜਦੋਂ ਹੁਣ ਕਹਿੰਦੇ ਵੀ ਪਿੱਛੇ ਸਵਾਲ ਪੁੱਛਿਆ ਵੀ ਜਿਹੜੀ ਕਪੂਰਥਲੇ ਸੀਟ ਰਾਣਾ ਜੀ ਨੂੰ ਜਿੱਤਣੀ ਸੌਖੀ ਹੋ ਗਈ ਇਹ ਮੈਂ ਸੰਦੇਸ਼ ਦੇਣਾ ਚਾਹੁੰਦਾ ਵਾਂ ਵੀ ਐਡੀ ਸੀਟ ਇਹ ਜਿਹੜੀ ਕਪੂਰਥਲੇ ਜਿੱਤਣੀ ਇਹ ਐਡੀ ਸੌਖੀ ਨਹੀਂ ਉਹਦੇ ਵਾਸਤੇ ਕਿਉਂਕਿ ਇਹ ਬਹੁਜਨ ਸਮਾਜ ਪਾਰਟੀ ਅਕਾਲੀ ਪਾਰਟੀ ਬੈਠੀ ਆ ਬੇਸ਼ੱਕ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਇੱਥੇ ਗ੍ਰਾਫ ਡਾਊਨ ਰਿਹਾ ਪਰ ਜਦੋਂ ਤੋਂ ਬਹੁਜਨ ਸਮਾਜ ਪਾਰਟੀ ਦੀ ਕਮਾਂਡ ਸੰਭਾਲੀ ਆਪਣੇ ਜ਼ਿਲ੍ਹਾ ਪ੍ਰਧਾਨ ਰਕੇਸ਼ ਕੁਮਾਰ ਜੀ ਨੇ ਸਾਡੇ ਨੇ ਉਦੋਂ ਤੋਂ ਜਿਹੜਾ ਕਪੂਰਥਲੇ ਦੇ ਵਿੱਚ ਹਾਲਾਤ ਬਦਲ ਗਏ ਔਰ ਲੋਕ ਤਿਆਰ ਹੋ ਗਏ ਲੋਕ ਇਹਨਾਂ ਦੀਆਂ ਨੀਤੀਆਂ ਨੂੰ ਜਾਣਦੇ ਆ ਔਰ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਜਾਣਦੇ ਆ ਕਿਉਂਕਿ ਝੂਠੇ ਵਾਅਦੇ ਲਾਰੇ ਲਾਏ ਇਹਨਾਂ ਨੇ ਝਾਂਸੇ ਦਿੱਤੇ ਨੌਕਰੀਆਂ ਦੇ ਬੜਾ ਕੁਛ ਕੀਤਾ ਜਿਹਦਾ ਇਹ ਜਿਹੜੀਆਂ 2022 ਦੇ ਵਿੱਚ ਬਹੁਜਨ ਸਮਾਜ ਪਾਰਟੀ ਔਰ ਅਕਾਲੀ ਪਾਰਟੀ ਜਿਹੜੀ ਹੈ ਤੁਰੀ ਆ ਅਤੇ ਲੋਕ ਇਹਨਾਂ ਨੂੰ ਜਿਹੜਾ ਇਹਨਾਂ ਦੀ ਇਹਨਾਂ ਨੂੰ ਇਸ ਗੱਲ ਦਾ ਜਵਾਬ ਦੇਣਗੇ ਅਤੇ ਅਕਾਲੀ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾ ਕੇ ਜਿਹੜਾ ਵੱਡੇ ਪੱਧਰ 'ਤੇ ਲੋਕਾਂ ਦੇ ਗਰੀਬ ਸਮਾਜ ਦੇ ਕੰਮ ਜੋ ਲੋਕਾਂ ਦੇ ਜੁੜੇ ਹੋਏ ਹਨ ਜੀ ਉਹ ਅਸੀਂ ਪੂਰੇ ਕਰਾਂਗੇ ਇਹ ਨਹੀਂ ਗੱਲ ਆਪਣੀ ਗੱਲ ਸਮਾਪਤ ਕਰਦਾ ਜੈ ਭੀਮ ਜੈ ਭਾਰਤ ਇਹ ਸਨ ਬਿੱਟਾ ਜੀ ਹਲਕਾ ਇੰਚਾਰਜ BSP ਅਤੇ ਮੈਂ ਗੁਰਦੇਵ ਸਿੰਘ ਭੱਟੀ